ਕੈਬਨਿਟ ਮੰਤਰੀ ਨਵਜੋਤ ਕੌਰ ਨਵਜੋਤ ਸਿੰਘ ਸਿੱਧੂ ਦੀ ਵਾਈਫ ਜਿਹੜੀ ਨਵਜੋਤ ਕੌਰ ਸਿੱਧੂ, ਉਹਨਾਂ ਨੇ 10-4 ਨੰਬਰ ਦਿੱਤੇ ਕੈਪਟਨ ਸਾਹਿਬ ਨੂੰ ਜੀ। ਉਹ ਵੀ ਜ਼ਿਆਦਾ ਦੇ ਦਿੱਤੇ ਨੇ ਜੀ, ਸਿਰਫ ਲਿਹਾਜ਼ ਹੀ ਕੀਤਾ ਵਾ ਕਿਉਂਕਿ ਉਹ ਕਾਂਗਰਸ ਦੇ ਮਿਨਿਸਟਰ ਦੇ ਵਾਈਫ ਨੇ, ਪਰ ਫਿਰ ਵੀ ਮੈਂ ਦੇਖਿਆ ਕਿ ਉਹਨਾਂ ਨੇ ਕਾਫੀ ਸੱਚ ਬਿਆਨ ਕੀਤਾ ਆਪਣੇ ਇੰਟਰਵਿਊ ਦੇ ਵਿੱਚ। ਅੱਛੀ ਗੱਲ ਆ, ਪੰਜਾਬੀਆਂ ਨੂੰ ਆਪਣਾ ਮਾਈਂਡ ਸਪੀਕ ਅਪ ਕਰਨਾ ਚਾਹੀਦਾ। ਇਹ 4 ਨੰਬਰ ਇਸ ਲਈ ਮੈਂ ਜ਼ਿਆਦਾ ਕਹਿ ਰਿਹਾ ਕਿਉਂਕਿ ਦੇਖੋ ਅੱਜ ਕਿਸਾਨਾਂ ਦੀ ਅਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਜਾਰੀ ਹੈ, ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ। ਅਟਾਰੀ ਹਲਕੇ ਦੇ, ਸ਼ਾਇਦ ਮੈਂ ਨਾਮ ਪਿੰਡ ਦਾ ਭੁੱਲ ਗਿਆ, ਪਿਛਲੇ ਚੰਦ ਦਿਨਾਂ 'ਚ 2 ਨੌਜਵਾਨ ਮਾਰੇ ਗਏ ਨੇ, ਇਕੱਲੇ ਅਟਾਰੀ ਹਲਕੇ ਦੇ 2 ਨੌਜਵਾਨ ਮਾਰੇ ਗਏ ਨੇ ਨਸ਼ੇ ਦੇ ਕਰਕੇ। ਬੇਰੁਜ਼ਗਾਰ ਬੱਚੇ ਆਪਣੇ ਦੇ ਆਰ ਰਨਿੰਗ ਫਰੋਮ ਪਿਲਰ ਟੂ ਪੋਸਟ, ਜਿਹੜੇ ਮੌਜੂਦਾ ਇੰਪਲੋਈਜ਼ ਨੇ ਉਹਨਾਂ ਨੂੰ ਕੱਚੀ ਹੈ ਕੰਟਰੈਕਟ ਤੋਂ ਲੈ ਕੇ ਪੱਕੇ ਕਰਨ ਨੂੰ ਸਰਕਾਰ ਤਿਆਰ ਨਹੀਂ ਗੀ। ਔਰ ਪੈਨਸ਼ਨ ਸਕੀਮ ਜਿਹੜੀ 2004 ਤੋਂ ਪਹਿਲਾਂ ਸੀ, ਸਭ ਦੀ ਇਹ ਡਿਮਾਂਡ ਹੈ ਕਿ ਉਹ ਬਹਾਲ ਕੀਤੀ ਜਾਵੇ, ਰੈਗੂਲਰ ਪੈਨਸ਼ਨ ਸਕੀਮ ਜੋ 2004 ਤੋਂ ਪਹਿਲਾਂ ਚੱਲਦੀ ਸੀ। ਪਿੰਡਾਂ 'ਚ ਐਜੂਕੇਸ਼ਨ ਇਨਫਰਾਸਟਰਕਚਰ ਜ਼ੀਰੋ ਹੋਇਆ ਪਿਆ ਵਾ, ਹੈਲਥ ਇਨਫਰਾਸਟਰਕਚਰ ਜ਼ੀਰੋ ਹੋਇਆ ਪਿਆ ਵਾ, ਕਰਪਸ਼ਨ ਦਾ ਬੋਲਬਾਲਾ ਹੈ। ਔਰ ਇਸ ਲਈ ਮੈਂ ਸਮਝਦਾ ਕਿ ਪਿਛਲੇ 1.5 ਸਾਲ ਵਿੱਚ 18 ਮਹੀਨਿਆਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਕਾਰਗੁਜ਼ਾਰੀ ਨਹੀਂ ਗਈ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਹਨਾਂ ਨੇ ਬਹੁਤ ਵੱਡਾ ਇੱਕ ਕਮਜ਼ੋਰੀ ਦਿਖਾਈ ਆ। ਵਿਧਾਨ ਸਭਾ ਦੇ ਸਦਨ 'ਚ 8 ਘੰਟੇ ਬਹਿਸ ਤੋਂ ਬਾਅਦ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ, ਕਿਸੇ ਪੁਲਿਸ ਵਾਲੇ ਨੂੰ ਫੜਨ ਦੇ ਉਪਰਾਲੇ ਨਹੀਂ ਕੀਤਾ, ਉਲਟਾ ਉਹਨਾਂ ਨੂੰ ਹਾਈ ਕੋਰਟ ਵਿੱਚ ਸਟੇਅ ਲੈਣ ਲਈ ਫੈਸਿਲੀਟੇਟ ਕੀਤਾ। ਇਸ ਲਈ ਸਾਡਾ ਇਹ ਮੰਨਣਾ ਕਿ 7 ਅਕਤੂਬਰ ਨੂੰ ਇਹ ਜਿਹੜੀ ਕਾਲ ਹੈ ਅਸੀਂ ਦਿੱਤੀ, ਉਹਦੇ 'ਚ ਲੋਕ ਅਵਸ਼ ਵੱਡੀ ਗਿਣਤੀ 'ਚ ਆਉਣਗੇ। ਔਰ ਜਿਹੜੀਆਂ ਇਹਨਾਂ ਨੇ ਰੈਲੀਆਂ ਪੈਰਲਲ ਰੱਖੀਆਂ ਨੇ, ਉਹਦਾ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡਾ ਮਨੋਰਥ ਕੀ ਹੈ। ਅਸੀਂ ਤਾਂ ਰੋਸ ਪ੍ਰੋਟੈਸਟ ਮਾਰਚ ਅਨਾਊਂਸ ਕੀਤਾ ਕਿ ਸਾਡਾ ਆਹ ਵਿਸ਼ਾ ਵਾ। ਕੈਪਟਨ ਸਾਹਿਬ ਦੱਸਣ ਕਿ ਲੰਬੀ ਕਿਹੜੀ ਖੁਸ਼ੀ 'ਚ ਉਸ ਦਿਨ ਰੈਲੀ ਕਰ ਰਹੇ ਨੇ। ਅਤੇ ਬਾਦਲ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਉਹ ਪਟਿਆਲੇ ਰੈਲੀ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਹੋ? ਤੁਸੀਂ ਪੁਲਿਸ ਵਾਲਿਆਂ ਨੂੰ ਜਿੱਦਾਂ 2.5 ਸਾਲ ਪਹਿਲਾਂ ਆਪਣੇ ਰਾਜ ਵਿੱਚ ਬਚਾਇਆ, ਉੱਦਾਂ ਹੀ ਬਚਾਉਣਾ ਚਾਹੁੰਦੇ ਹੋ? ਕੀ ਤੁਹਾਡੀ ਰੈਲੀ ਦਾ ਇਹ ਮਕਸਦ ਆ? ਇਸ ਲਈ ਮੈਂ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ ਅਪੀਲ ਕਰੂੰਗਾ ਕਿ ਦੋਨਾਂ ਅਖੌਤੀ ਪਾਰਟੀਆਂ ਦੀਆਂ ਬੋਗਸ ਰੈਲੀਆਂ ਨੂੰ, ਜਿੱਥੇ ਇਹਨਾਂ ਨੇ ਦਿਹਾੜੀਦਾਰ ਖਰੀਦ ਕੇ ਬੁਲਾਉਣ ਦਾ ਉਪਰਾਲਾ ਕਰ ਲਿਆ, ਜਿੱਥੇ 2,500 ਬੱਸ ਅਰੇਂਜ ਕਰ ਲਈ ਆ ਔਰ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੋਕਾਂ ਨੂੰ ਖਿੱਚ ਰਿਹਾ ਨੇ, ਇਹਨਾਂ ਰੈਲੀਆਂ ਨੂੰ ਨਕਾਰ ਕੇ 7 ਅਕਤੂਬਰ ਨੂੰ ਕੋਟਕਪੂਰਾ ਬਰਗਾੜੀ ਮਾਰਚ ਵਿੱਚ ਵੱਧ ਤੋਂ ਵੱਧ ਹਿੱਸਾ ਲਓ। ਖਹਿਰਾ ਸਾਹਿਬ, ਜਿਹੜੇ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਆ ਔਰ ਬਾਦਲ ਸਾਹਿਬ ਜਿਹੜੇ ਉਹ ਰੈਲੀ ਨੂੰ ਜਿਹੜੇ, ਦੇਖੋ ਇੱਕ ਗੱਲ ਸਾਬਤ ਹੋ ਗਈ ਆ ਕਿ ਅਕਾਲੀ ਦਲ ਦੇ ਵਿੱਚ ਬਹੁਤ ਭਾਰੀ ਰੋਸ ਆ, ਪਰਟੀਕੁਲਰਲੀ ਸੁਖਬੀਰ ਬਾਦਲ ਦੀ ਸਟਾਈਲ ਆਫ ਫੰਕਸ਼ਨਿੰਗ। ਔਰ ਜਿਸ ਢੰਗ ਦੇ ਨਾਲ ਇਸ ਪਰਿਵਾਰ ਨੇ SGPC ਦਾ ਮਿਸਯੂਜ਼ ਕੀਤਾ, ਲਿਫਾਫਾ ਕਲਚਰ ਇੰਟਰੋਡਿਊਸ ਕੀਤਾ, ਕਰਪਸ਼ਨ SGPC ਵਿੱਚ ਉੱਦਾਂ ਵਾ ਜਿੱਦਾਂ ਸਰਕਾਰੀ ਬੋਡੀਜ਼ ਵਿੱਚ ਹੁੰਦੀ ਹੈ, ਔਰ ਅਕਾਲ ਤਖਤ ਦੇ ਗਲੋਰੀਅਸ ਇੰਸਟੀਟਿਊਸ਼ਨ ਨੂੰ ਅੰਡਰਮਾਈਨ ਕੀਤੀ ਉਹਦੀ ਅਥਾਰਿਟੀ। ਅਕਾਲ ਤਖਤ ਦੇ ਜਥੇਦਾਰ ਦੇ ਹੁਕਮਨਾਮਿਆਂ ਦੀ ਪ੍ਰਵਾਨਗੀ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਹੁੰਦੀ ਹੈ, ਫਿਰ ਹੁਕਮਨਾਮੇ ਜਾਰੀ ਕਰਦੇ ਨੇ, ਚਾਹੇ ਉਹ ਉਸ ਡੇਰੇ ਵਾਲੇ ਮੁਖੀਆ ਦਾ ਹੁਕਮਨਾਮਾ ਸੀ ਪੋਸ਼ਾਕ ਨੂੰ ਲੈ ਕੇ, ਚਾਹੇ ਉਹਦਾ ਵਿਦਰੋਲ ਸੀਗਾ ਲੇਟਰੋਨ। ਔਰ ਜੇ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਜਿਹੜੇ ਸਾਡੇ ਇਹ ਬਹੁਤ ਅਹਿਮ ਸਾਡੇ ਇੰਸਟੀਟਿਊਸ਼ਨ ਸੀ, ਉਹਨਾਂ ਨੂੰ ਇਸ ਪਰਿਵਾਰ ਨੇ ਉਹਨਾਂ ਨੂੰ ਨੀਵਾਂ ਕੀਤਾ ਵਾ। ਇਸ ਲਈ ਅਕਾਲੀਆਂ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਗ੍ਰੀਵੈਂਸਿਸ ਆ, ਬਹੁਤ ਅੰਡਰਕਰੰਟ ਆ ਉਹਨਾਂ ਦੇ ਅਗੇਂਸਟ। ਔਰ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵੀ ਨਾਰਾਜ਼ਗੀ ਬਹੁਤ ਭਾਰੀ ਪਾਈ ਜਾ ਰਹੀ। ਇਸੇ ਲਈ ਅਸੀਂ ਸਾਰਿਆਂ ਨੂੰ ਅਪੀਲ ਕੀਤਾ ਸੀ ਕਿ ਜਿਹੜੇ ਵੀ ਤੁਸੀਂ ਗੈਰਤਮੰਦ ਅਕਾਲੀ ਵੀ ਹੋ, ਤੁਹਾਨੂੰ ਸਾਰਿਆਂ ਨੂੰ ਸਾਡਾ ਖੁੱਲ੍ਹਾ ਸੱਦਾ ਕਿ ਆਓ 7 ਤਰੀਕ ਨੂੰ ਉਹਦੇ 'ਚ ਪਾਰਟੀਸਪੇਟ ਕਰੋ ਔਰ ਆਪਣੇ ਆਪ ਨੂੰ ਆਜ਼ਾਦ ਕਰਾਓ ਇਹਨਾਂ ਦੀ ਚੁੰਗਲ 'ਚੋਂ।